ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ? ਉਮੀਦ ਕਰਦੇ ਹਾਂ ਜੀ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ। ਹੋਊਗਾ ਕਿਉਂ ਨਹੀਂ, ਕਿਉਂਕਿ ਤੁਸੀਂ ਸੁਣ ਰਹੇ ਹੋ ਜੀ ਕੁਲਵੀਰ ਸਿੰਘ ਦੇ ਨਾਲ ਇੱਦਾਂ ਪੰਜਾਬੀ। ਅੱਜ ਗੱਲ ਕਰਾਂਗੇ ਫੱਤੋਰੀਆ, ਲਾ ਫੱਤੋਰੀਆ, ਜਿਹਨੂੰ ਪੰਜਾਬੀ 'ਚ ਤੁਸੀਂ ਬਾੜਾ ਜਾਂ ਹਵੇਲੀ ਜਾਂ ਫਿਰ ਜੋ ਵੀ ਤੁਹਾਡੇ ਏਰੀਆ 'ਚ ਕਹਿੰਦੇ ਤੁਸੀਂ ਉਹਨੂੰ ਕਹਿ ਸਕਦੇ ਆ, ਇਟਾਲੀਅਨ ਇਨ ਪੰਜਾਬੀ ਕੁਲਵੀਰ ਸਿੰਘ ਦੇ ਨਾਲ। ਅਤੇ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਹੋ ਸਕਦੀਆਂ, ਕੋਸ਼ਿਸ਼ ਕੀਤੀ ਗਈ ਹੈ ਜੀ ਉਹਨਾਂ ਚੀਜ਼ਾਂ ਬਾਰੇ ਤੁਹਾਨੂੰ ਦੱਸਣ ਲਈ। ਇਸ ਵੀਡੀਓ ਨੂੰ ਫੁੱਲ ਤੱਕ ਦੇਖਿਓ, ਅਗਰ ਤੁਹਾਨੂੰ ਵਧੀਆ ਲੱਗੀ ਤਾਂ ਇਹਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ, ਸਾਡੇ ਪੇਜ ਜਿਹੜਾ facebook.com/ethapunjabi ਉਹਨੂੰ ਲਾਈਕ ਸ਼ੇਅਰ ਕਰੀ ਜਾਇਆ ਕਰੋ ਜੀ। ਸ਼ੁਰੂਆਤ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਕਿਸਾਨ ਕੋਨਤਾ ਦੀਨੋ, ਕੋਨਤਾ ਦੀਨੋ ਹੁੰਦਾ ਬੰਦਾ ਕਿਸਾਨ, ਤੁਸੀਂ ਕਿਸਾਨ ਨੂੰ ਕੋਨਤਾ ਦੀਨੋ ਕਹਿੰਦੇ ਆ ਜੀ। ਅਤੇ ਅਗਰ ਹਾਂਜੀ ਇੱਕ ਹੋਰ ਗੱਲ, ਅਗਰ ਬਾਈ ਚਾਂਸ ਤੁਸੀਂ ਚਾਹੁੰਦੇ ਕਿ ਇਹਨਾਂ ਦੀ ਪੰਜਾਬੀ ਵੀ ਲਿਖੀ ਜਾਵੇ, ਜਿੱਦਾਂ ਕੁੰਤਾ ਦੀਨੋ ਨੂੰ ਪੰਜਾਬੀ 'ਚ ਕਿਸਾਨ ਕਹਿੰਦੇ ਆ, ਜਿੱਦਾਂ ਕੱਕੇ ਨੂੰ ਹੋੜਾ ਇਸ ਹਿਸਾਬ ਨਾਲ ਪੰਜਾਬੀ 'ਚ ਲਿਖਿਆ ਜਾਵੇ, ਤਾਂ ਅਸੀਂ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ। ਅਸੀਂ ਆਪਣੀ ਵੈਬਸਾਈਟ www.itapunjabi.com ਉੱਤੇ ਟਰਾਈ ਕਰਾਂਗੇ, ਕੋਸ਼ਿਸ਼ ਕਰਾਂਗੇ ਪੰਜਾਬੀ ਵਿੱਚ ਲਿਖਣ ਦੀ ਵਿੱਚ, ਠੀਕ ਹੈ ਜੀ। ਕੁੰਤਾ ਦੀਨੋ ਜਿਹੜਾ ਕੰਮ ਕਰਦਾ ਬੰਦਾ, ਕਿਸਾਨ ਬੰਦੇ ਨੂੰ ਅਸੀਂ ਕੁੰਤਾ ਦੀਨੋ ਕਹਿੰਦੇ ਹਾਂ। ਫੀਏਨੋ, ਫੀਏਨੋ, ਫੀਏਨੋ ਹੁੰਦੀ ਹੈ ਜਿਹੜੀ ਉਹ ਰੋਲ ਜਿਹਾ ਕਰਕੇ ਤੁਸੀਂ ਦੇਖਿਆ ਹੋਣਾ, ਪਰਾਲੀ ਇੱਕ ਕਿਸਮ ਨੂੰ ਪਰਾਲੀ ਰੱਖ ਲਓ, ਪਰਾਲੀ ਨੂੰ ਕਹਿੰਦੇ ਆ ਜੀ ਫੀਏਨੋ। ਤੁਸੀਂ ਦੇਖਿਆ ਹੋਣਾ ਕਿ ਉਹ ਰੋਲ ਜਿਹਾ ਕਰਕੇ ਨਾ ਘੁਮਾ ਘੁਮਾ ਕੇ ਰੱਖ ਲੈਂਦੇ ਆ ਖਾਣ ਨੂੰ, ਉਹਨਾਂ ਨੂੰ ਰੱਖ ਲਓ ਜਾਂ ਜਿੱਦਾਂ ਵੀ ਰੱਖ ਲਓ, ਪਰ ਆਹ ਜਿਹੜੇ ਗੋਲ ਗੋਲ ਰੋਲ ਕਰਕੇ ਰੱਖੇ ਹੁੰਦੇ ਨਾ, ਇਹਨਾਂ ਨੂੰ ਫੀਏਨੋ ਕਹਿੰਦੇ ਆ ਜੀ। ਸਤਾਲਾ, ਸਤਾਲਾ ਹੁੰਦਾ ਜਿੱਥੇ ਮੱਝਾਂ ਗਾਵਾਂ, ਡੈਰੀ ਫਾਰਮ ਜਿੱਦਾਂ ਹੋ ਸਕਦਾ, ਮੱਝਾਂ ਗਾਵਾਂ ਜਾਂ ਫਿਰ ਸੂਰਾਂ ਦਾ ਸਤਾਲਾ ਹੋ ਸਕਦਾ। ਸਤਾਲਾ ਹੁੰਦਾ ਜਿੱਥੇ ਕਿਸੇ ਇੱਕ ਕਿਸਮ ਦਾ ਪਸ਼ੂ ਬਹੁਤ ਜ਼ਿਆਦਾ ਮਾਤਰਾ ਵਿੱਚ ਬਹੁਤ ਜ਼ਿਆਦਾ ਰੱਖੇ ਹੋਣ, ਜਿੱਦਾਂ ਜੇ ਮੱਝਾਂ ਜ਼ਿਆਦਾ ਹੋਣ ਤਾਂ ਉਹ ਮੱਝਾਂ ਦਾ ਸਤਾਲਾ, ਜੇ ਗਾਵਾਂ ਜ਼ਿਆਦਾ ਤਾਂ ਉਹ ਗਾਵਾਂ ਦਾ ਸਤਾਲਾ, ਅਗਰ ਸੂਰ ਜ਼ਿਆਦਾ ਤਾਂ ਉਹ ਸੂਰ ਦਾ ਸਤਾਲਾ। ਸਤਾਲਾ ਹੁੰਦਾ ਜੀ ਪਸ਼ੂਆਂ ਦਾ ਘਰ, ਇੱਦਾਂ ਰੱਖ ਲੈਂਦੇ ਹਾਂ। ਆਇਆ ਜੀ ਆਰਾਤਰੋ, ਆਰਾਤਰੋ ਹੁੰਦਾ ਜਿਹਦੇ ਨਾਲ ਤੁਸੀਂ ਹਲ ਵਾਹੁੰਦੇ ਆ, ਅਤੇ ਜਦੋਂ ਇਹਨੂੰ ਉੱਦਾਂ ਵੈਸੇ ਇਹਨੂੰ ਆਰਾਤਰੋ ਕਹਿੰਦੇ ਆ, ਪਰ ਜਦੋਂ ਇਹਨੂੰ ਜ਼ਮੀਨ ਤੋਂ ਇਹ ਆਹ ਵਾਲੇ ਜਿਹੜੇ ਨਾ ਜ਼ਮੀਨ ਦੇ ਵਿੱਚ ਥੱਲੇ ਕਰਕੇ ਜ਼ਮੀਨ ਨੂੰ ਉੱਤੇ ਥੱਲੇ ਕਰਦੇ, ਉਹਨੂੰ ਆਰਾਰੇ ਕਹਿੰਦੇ ਆ, ਠੀਕ ਹੈ ਜੀ। ਬਾਈ ਚਾਂਸ ਤੁਸੀਂ ਸਤਾਲਿਆਂ 'ਚ ਹੋਊਗੇ ਤਾਂ ਉਹ ਕਹਿੰਦੇ ਹੁੰਦੇ ਆ, ਦੋਵੇਂ ਕਾਰ ਲਓ, ਮੈਂ ਆਂਦਾ ਤੋਂ ਆਰਾਰੇ ਸੁਣਨ ਨੂੰ ਹੋਰ ਤਰ੍ਹਾਂ ਲੱਗਦਾ, ਇਹਨੂੰ ਕਹਿੰਦੇ ਆ ਜੀ ਆਰਾਰੇ। ਆਰਾਤਰੋ, ਆਰਾਤਰੋ ਹੁੰਦਾ ਹਲ, ਇਹ ਲੱਗਦਾ ਮੋਰੇ ਟਰੈਕਟਰ ਦੇ ਉੱਤੇ, ਟਰੈਕਟਰ ਨੂੰ ਕਹਿੰਦੇ ਆ ਜੀ ਤਰਤੋਰੇ। ਤਰਤੋਰੇ ਆਪਾਂ ਨੂੰ ਨੋਰਮਲ ਤਰੀਕਾ ਪਤਾ, ਸਾਰਿਆਂ ਨੂੰ ਪਤਾ ਟਰੈਕਟਰ ਨੂੰ ਕੀ ਕਹਿੰਦੇ ਆ। ਅਤੇ ਹੋਰ ਤੁਸੀਂ ਦੇਖ ਸਕਦੇ, ਇਹਨੂੰ ਕਹਿੰਦੇ ਆ ਜੀ ਮੇਤੀ ਤਰੈਬੀਆ, ਮੇਤੀ ਤਰੈਬੀਆ ਜਿਹੜੀ ਕੰਪੈਨ ਆ, ਤੁਸੀਂ ਸੌਖੇ ਤਰੀਕੇ ਲਈ ਇਹਨੂੰ ਕੰਪੈਨ ਲਈ ਰੱਖੋ ਜਿਹੜੀ ਵੱਢਦੀ ਹੁੰਦੀ। ਅਤੇ ਮੇਤੀ ਤਰੈਬੀਆ ਤੋਂ ਇਲਾਵਾ ਇਹਨੂੰ ਮੇਤੀ ਤਰੈਬੀਆ ਤ੍ਰੀਚੇ ਵੀ ਕਹਿੰਦੇ ਆ, ਮੇਤੀ ਤਰੈਬੀਆ ਜਾਂ ਫਿਰ ਮੇਤੀ ਤਰੈਬੀਆ ਤ੍ਰੀਚੇ ਕੰਪੈਨ। ਇਹ ਤੁਸੀਂ ਦੋਹਾਂ 'ਚੋਂ ਜਿਹੜੀ ਵੀ ਚੀਜ਼ ਸੁਣੋ, ਤੁਹਾਡੇ ਦਿਮਾਗ 'ਚ ਇਹ ਹੋਣਾ ਚਾਹੀਦਾ ਇਹ ਕੱਟਣ ਵੱਢਣ ਫਸਲ ਜਿਹੜੀ ਕੱਟਣ ਵਾਲੀ ਕੰਪੈਨ ਆ ਜੀ। ਫੁਰਕੋਨੇ, ਫੁਰਕੋਨੇ ਹੁੰਦਾ ਤਰਸ਼ੂਲ ਵਾਲਾ, ਉਹ ਕੜਛਾ ਜਿਹਾ ਜਿਹਦੇ ਨਾਲ ਤੁਸੀਂ ਇਹ ਬਹੁਤ ਕੰਮ ਚਾਹੁੰਦਾ। ਤੁਸੀਂ ਮੰਨ ਲਓ ਪਰਾਲੀ ਚੱਕ, ਹਾਂਜੀ ਪਰਾਲੀ ਪਰੂਲੀ ਚੱਕ ਕੇ ਸੁੱਟਣੀਆਂ ਜਾਂ ਫਿਰ ਕੋਈ ਕਿਸੇ ਜਗ੍ਹਾ 'ਤੇ ਜੰਮਿਆ ਹੈ ਲੇਤੀਏਰਾ ਉਹਨੂੰ ਚੱਕਣਾ, ਉਹਦੇ ਇੱਦਾਂ ਕੰਮ ਆਉਂਦੀ ਹੈ, ਇਹਨੂੰ ਕਹਿੰਦੇ ਆ ਜੀ ਫੁਰਕੋਨੇ। ਆਹ ਫੋਟੋਆਂ ਤਾਂ ਹੀ ਤੁਹਾਡੇ ਲਈ ਲਾਈਆਂ ਸਪੈਸ਼ਲ ਫੁਰਕੋਨੇ ਵਾਲੀਆਂ। ਫਾਲਚੇ, ਫਾਲਚੇ ਹੁੰਦੀ ਹੈ ਜੀ ਦਾਤੀ, ਸਾਡੇ ਵੱਲ ਦਾਤੀ ਕਹਿੰਦੇ ਆ ਪਰ ਕਈ ਦਾਤਰੀ ਵੀ ਕਹਿੰਦੇ ਆ, ਦਾਤੀ ਜਾਂ ਫਿਰ ਦਾਤਰੀ ਜਿਹੜੀ ਲੰਬੀ ਦਾਤੀ ਹੁੰਦੀ। ਜ਼ਿਆਦਾਤਰ ਅਸੀਂ ਦੇਖਿਆ ਵੀ ਜਦੋਂ ਆਪਣੇ ਤਾਂ ਜਮਰਾਜ ਆਉਂਦੇ ਹੁੰਦੇ ਆ, ਜਮਰਾਜਾਂ ਦੇ ਹੱਥਾਂ 'ਚ ਹੁੰਦੀ ਆ ਇਹਨਾਂ ਨੇ, ਭਾਵੇਂ ਝੋਟੇ 'ਤੇ ਬੈਠ ਕੇ ਹੈ ਨਾ, ਆਪਣੇ ਇੱਥੇ ਬਾਹਰਲੀਆਂ ਫਿਲਮਾਂ 'ਚ ਦੇਖਿਆ ਹੋਣਾ ਇੱਦਾਂ ਦੀ ਲੰਬੀ ਜਿਹੀ ਦਾਤੀ 'ਚ ਫੜੀ ਹੁੰਦੀ ਆ, ਜਿਹੜੀ ਤੁਹਾਨੂੰ ਸਾਰਿਆਂ ਨੂੰ ਪਤਾ ਕੌਣ ਆਉਂਦਾ ਹੁੰਦਾ, ਅਤੇ ਲੰਬਾ ਜਿਹਾ ਹੁੰਦਾ ਇਹਨੂੰ ਫਾਲਚੇ ਕਹਿੰਦੇ। ਅਗਰ ਤੁਹਾਨੂੰ ਕੋਈ ਕਹੇ ਪ੍ਰੇਂਦੀ ਲਾ ਫਾਲਚੇ, ਤਾਂ ਤੁਹਾਨੂੰ ਪਤਾ ਵੀ ਆਹ ਲੰਬੀ ਜਿਹੀ ਜਿਹੜੀ ਦਾਤੀ ਆ ਇਹ ਉਹਦਾ ਨਾਮ ਲੈ ਰਿਹਾ। ਅਤੇ ਇੱਕ ਹੁੰਦਾ ਜ਼ਾਪਾ, ਜ਼ਾਪਾ ਤੁਸੀਂ ਮੰਨ ਸਕਦੇ ਹੋ ਛੋਟੀ ਕਹੀ, ਕਹੀ ਦਾ ਨਿਆਣਾ ਰੱਖ ਲਓ, ਕਹੀ ਦਾ ਭਤੀਜਾ ਚਾਚਾ ਰੱਖ ਲਓ, ਜ਼ਾਪਾ ਹੁੰਦਾ ਛੋਟਾ ਜਿਹਾ। ਇਹ ਜ਼ਿਆਦਾਤਰ ਕੀ ਕਰਨ ਲਈ ਕੰਮ ਆਉਂਦਾ ਹੁੰਦਾ, ਜਦੋਂ ਮੰਨ ਲਓ ਤੁਸੀਂ ਆਪਣੇ ਘਰ ਦੇ ਵਿੱਚ ਜਾਂ ਕਿਤੇ ਵੀ ਤੁਸੀਂ ਥੋੜ੍ਹੇ ਬਹੁਤੇ
ਸਬਜ਼ੀਆਂ ਲਾਈਆਂ, ਹਾਂਜੀ ਜਦੋਂ ਤੁਸੀਂ ਸਬਜ਼ੀਆਂ ਲਾਈਆਂ, ਸਬਜ਼ੀਆਂ ਦੇ ਵਿੱਚ ਘਾਹ ਘੂ ਉੱਗ ਜਾਂਦਾ, ਉਹ ਘਾਹ ਘੂ ਨੂੰ ਪੱਟਣ ਨੂੰ ਇਹ ਜ਼ਾਪੇ, ਉਹਨਾਂ ਨੂੰ ਕੱਟਣ ਦੇ ਲਈ ਇਹ ਜ਼ਾਪਾ ਵਰਤਿਆ ਜਾਂਦਾ। ਹੋਰ ਵੀ ਬਹੁਤ ਜਗ੍ਹਾ 'ਤੇ ਵਰਤ ਜਾਂਦਾ ਪਰ ਜ਼ਾਪਾ ਇਹਦਾ ਨਾਂ ਜ਼ਾਪਾ, ਪਰ ਜਦੋਂ ਤੁਸੀਂ ਵਿੱਚੋਂ ਘਾਹ ਘੂ ਪੱਟਦੇ ਆ ਉਹਨੂੰ ਕਹਿੰਦੇ ਆ ਜ਼ਾਪਾ ਰੇ। ਅਨਾਫਾਈ ਅਨਾਫਾਈ, ਓਹੋ ਮੈਨੂੰ ਵੀ ਭੁਲੇਖਾ ਪੈ ਗਿਆ। ਅਨਾਫਿਆ ਤੋਇਓ, ਅਨਾਫਿਆ ਤੋਇਓ, ਨੱਕ ਬੰਦ ਹੋਣ ਕਰਕੇ ਦੇਖੋ ਕਿੰਨਾ ਭੁਲੇਖਾ ਪੈਂਦਾ। ਅਨਾਫਾ ਤੋਇਓ, ਅਨਾਫਿਆ ਤੋਇਓ ਹੁੰਦਾ ਜਿਹੜੀ ਹੁੰਦੀ ਆ ਪਾਣੀ ਵਾਲੀ ਕੇਤਲੀ, ਅਨਾਫਿਆ ਤੋਇਓ। ਅਗਰ ਤੁਸੀਂ ਕਹਿਣਾ ਹੋਵੇ ਪਰਿੰਦੀ ਮੀ ਅਨਾਫਿਆ ਤੋਇਓ, ਵੀ ਮੈਨੂੰ ਉਹ ਪਾਣੀ ਵਾਲੀ ਕੇਤਲੀ ਜਿੰਨਾ ਅਸੀਂ ਪਾਣੀ ਪਾਈਦਾ ਬੂਟਿਆਂ ਨੂੰ ਉਹ ਮੈਨੂੰ ਲੈ ਕੇ ਆਓ। ਅਗਰ ਕਹਿਣਾ ਹੁੰਦਾ, ਅਗਰ ਕਹਿਣਾ ਹੋਵੇ ਪਾਣੀ ਪਾਓ ਬੂਟਿਆਂ ਨੂੰ, ਅਨਾਫੀਆ ਬੂਟਿਆਂ ਨੂੰ ਪਾਣੀ ਪਾਉਣਾ, ਇਹ ਬਹੁਤ ਮੇਨ ਗੱਲ ਆ। ਅਗਰ ਇਹਦਾ ਨਾਂ ਹੈਗਾ ਅਨਾਫੀਆ ਤੋਇਓ, ਠੀਕ ਹੈ ਜੀ, ਅਨਾਫੀਆ ਤੋਇਓ, ਪਾਣੀ ਪਾਉਣ ਵਾਲੀ ਕੇਤਲੀ, ਬਾਲਟੀ, ਜੋ ਵੀ ਤੁਸੀਂ ਰੱਖਣੀ ਆ। ਅਨਾਫੀਆਰੇ ਹੁੰਦਾ ਇਹਨਾਂ ਨੂੰ ਪਾਣੀ ਦੇਣਾ, ਠੀਕ ਹੈ ਜੀ। ਮੇਰੇ ਹਿਸਾਬ ਨਾਲ ਤੁਹਾਨੂੰ ਸਮਝ ਆਉਣੀ ਚਾਹੀਦੀ ਕਿ ਆਈ ਅਨਾਫੀਆ ਤੋਂ ਲੈ ਪਿਆਨ ਤੇ, ਕਿ ਤੁਸੀਂ ਆਈ ਤੂੰ ਅਨਾਫਿਆ ਤੋਂ ਕਰਤਾ ਪਾਣੀ ਜਾਣੀ ਦੇਤਾ ਲੈ ਪਿਆਨ ਤੇ ਜਿਹੜੇ ਪੇੜ ਪੌਦੇ ਆ, ਪੇ ਤੂੰ ਜਿਹੜੇ ਇੱਥੇ ਪੇੜ ਪੌਦੇ ਜਾਂ ਕੋਈ ਵੀ ਜਿਹੜਾ ਬੂਟਾ ਰੱਖਿਆ ਫੁੱਲ ਆ ਉਹਨੂੰ ਪਾਣੀ ਪਾਤਾ ਆਈ ਅਨਾਫਿਆ ਤੋਂ ਲੈ ਪਿਆਨ ਤੇ, ਨੱਕ ਬੰਦ ਹੋਣ ਕਰਕੇ ਹੋਇਆ। ਪੁਲਾਇਓ, ਪੁਲਾਇਓ ਹੁੰਦਾ ਖੁੱਡਾ, ਨੋਰਮਲੀ ਅਸੀਂ ਪੰਜਾਬੀ 'ਚ ਦੇਖੀਏ ਜਾਏ ਇਹਨੂੰ ਖੁੱਡਾ ਕਹਿੰਦੇ ਆ, ਪਰ ਇੱਥੇ ਫਿਲਹਾਲ ਮੈਨੂੰ ਫੋਟੋ ਖੁੱਡੇ ਦੀ ਲੱਭੀ ਨਹੀਂ, ਇਸ ਕਰਕੇ ਮੈਂ ਆਹ ਵਾਲੀ ਲਾਤੀ। ਇਹ ਹੁੰਦਾ ਜੀ ਪੋਲਾਇਓ, ਜਿੱਥੇ ਤੁਸੀਂ ਮੁਰਗੇ ਮੁਰਗੇ ਰੱਖੇ ਹੁੰਦੇ ਆ, ਅਤੇ ਜਿਹੜੇ ਬਹੁਤ ਜ਼ਿਆਦਾ ਤਾਦਾਦ ਵਿੱਚ ਮੁਰਗੇ ਹੁੰਦੇ ਉਹਨਾਂ ਨੂੰ ਕਹਿੰਦੇ ਆ ਜੀ ਕਪਨੂਨੀ, ਜਾਂ ਫਿਰ ਅਲੇਵਾ ਮਿਹਨਤੋਂ ਦੀ ਪੋਲੋ, ਜਾਂ ਅਲੇਵਾ ਮਿਹਨਤੀ ਦੀ ਪੋਲੀ, ਜਿਹਦੇ ਵਿੱਚ ਬਹੁਤ ਜ਼ਿਆਦਾ ਮੁਰਗੇ ਰੱਖੇ ਹੁੰਦੇ ਆ ਉਹਨੂੰ ਕਹਿੰਦੇ ਆ ਅਲੇਵਾ ਮਿਹਨਤੋਂ ਦੀ ਪੋਲੀ। ਫਿਲਹਾਲ ਜੇ ਤੁਸੀਂ ਦੋ ਚਾਰ ਮੁਰਗੇ ਆਪਣੇ ਘਰ 'ਚ ਰੱਖੇ ਉਹ ਹੁੰਦਾ ਪੋਲਾਇਓ। ਆਰਨੀਆ, ਆਰਨੀਆ ਹੁੰਦਾ ਜੀ ਇਹ ਹੈਗਾ ਡੂਮਣਾ, ਜਿਹੜਾ ਤੁਸੀਂ ਡੂਮਣਾ ਦੇਖਦੇ ਆ ਨਾ, ਅਗਰ ਤੁਹਾਨੂੰ ਘਰ ਵਿੱਚ ਮਧੂ ਮੱਖੀਆਂ ਪਾਲਣ ਦਾ ਸ਼ੌਂਕ ਆ ਤਾਂ ਮਧੂ ਮੱਖੀਆਂ ਦਾ ਜਿਹੜਾ ਖੁੱਡਾ ਉਹਨੂੰ ਆਰਨੀਆ ਕਹਿੰਦੇ ਆ। ਇਹਦੇ ਵਿੱਚ ਅਗਰ ਤੁਸੀਂ ਸ਼ਹਿਦ ਸ਼ੂਦ ਕੱਢਣਾ ਉਹਨਾਂ ਲਈ ਹੁੰਦਾ, ਅਤੇ ਆ ਸਾਰਾ ਜਗਾੜ ਮੈਂ ਦਿਖਾਇਆ ਤੁਹਾਨੂੰ ਕਿ ਕਿੱਦਾਂ ਦਾ ਹੁੰਦਾ ਜੀ। ਲਈਆਂ ਜਾਂ, ਲਈਆਂ ਜਾਂ ਹੁੰਦਾ ਜਿੱਥੇ ਤੁਸੀਂ ਬਹੁਤ ਜ਼ਿਆਦਾ ਲੱਕੜੀਆਂ ਰੱਖੀਆਂ ਨਾ ਕਿਸੇ ਜਗ੍ਹਾ 'ਤੇ, ਬਹੁਤ ਜ਼ਿਆਦਾ ਲੱਕੜੀਆਂ ਰੱਖੀਆਂ ਉੱਥੇ ਹੁੰਦਾ ਲਈਆਂ ਜਾਂ। ਲੱਕੜੀ ਵਾਲਾ ਘਰ ਰੱਖ ਲਓ, ਲੱਕੜੀਆਂ ਰੱਖਣ ਵਾਲਾ ਘਰ ਜਾਂ ਕਮਰਾ ਕੁਛ ਵੀ ਹੋ ਸਕਦਾ, ਕਿਉਂਕਿ ਅਗਰ ਤੁਹਾਨੂੰ ਕੋਈ ਕਹੇ ਵੀ ਵਾਈ ਦੋਵੇਂ ਚੈਲਾ ਲਈਆਂ ਆਈ ਆ, ਫਿਰ ਤੁਸੀਂ ਉੱਥੇ ਜਾਓ ਜਿੱਥੇ ਲਈਆਂ ਆਈ ਆ। ਇਹ ਪਰੈਂਦੀਮੀ ਲਫਾਲ 'ਚ ਉੱਥੇ ਜਾ ਜਿੱਥੇ ਬਹੁਤ ਸਾਰੀਆਂ ਲੱਕੜੀਆਂ, ਅਤੇ ਪਰੈਂਦੀਮੀ ਜਾਣੀ ਮੇਰੇ ਲਈ ਲੈ ਕੇ ਆ ਲਫਾਲ 'ਚ, ਇੱਦਾਂ ਤੁਹਾਨੂੰ ਪਤਾ ਲੱਗ ਜਾਣਾ ਹਾਂ ਲਈਆਂ ਆਈ ਆ ਉੱਥੇ ਫਾਲ 'ਚ ਲੰਬੀ ਦਾਤੀ, ਸੌਖਾ ਜਿਹਾ। ਬਿਦੋਨੀ ਦੀ ਲੱਤ, ਬਿਦੋਨੀ ਦੀ ਲਾਤੇ ਕਿਹਨੂੰ ਕਹਿੰਦੇ? ਬਿਦੋਨੀ ਦੀ ਲਾਤੇ ਜਿੱਦਾਂ ਆਪਾਂ ਇੰਡੀਆ 'ਚ ਕਿਸੇ ਨੇ ਵੀ ਨਹੀਂ ਦੇਖਿਆ, ਜਿਹੜੇ ਦੋਝੀ ਹੁੰਦੇ ਜੋ ਦੁੱਧ ਲੈ ਕੇ ਆਉਂਦੇ ਹੁੰਦੇ ਨਾ ਆਪਣੇ ਮੋਟਰਸਾਈਕਲਾਂ ਦੇ ਉੱਤੇ, ਅਤੇ ਉਹ ਸੱਜੇ ਅਤੇ ਖੱਬੇ ਉਹਨਾਂ ਦੀ ਬਿਦੋਨੀ ਦੀ ਲਾਤੇ ਹੁੰਦੇ ਆ, ਉਹ ਜਿਹੜੀਆਂ ਮਟਕੀਆਂ ਜਿਹਦੇ ਵਿੱਚ ਦੁੱਧ ਹੁੰਦਾ ਨਾ ਪਾਇਆ ਘੁੱਗੂ ਵੱਟਿਆਂ ਦੇ ਵਿੱਚ, ਉਹਨੂੰ ਬਿਦੋਨੀ ਦੀ ਲਾਤੇ ਕਹਿੰਦੇ ਆ ਜੀ। ਸਵਾਵੇਨਤਾ ਪਾਸੇ ਦੀ ਇਕੱਠਾ ਹੁੰਦਾ ਪਰ ਮੈਂ ਪੜ੍ਹਨ ਲਈ ਸੌਖਾ ਕਰਨ ਲਈ ਰੱਖਿਆ ਹੈ। ਇੰਪੋਸੀਬਲ ਕੋਨੇ ਤਰਸ਼ਦ, ਅੱਛਾ ਆਈ ਕਲਾਊਡ ਨਾਲ ਨਹੀਂ ਕਨੈਕਟ ਹੁੰਦਾ, ਚਲੋ ਕੋਈ ਨਹੀਂ। ਵੈਸੇ ਇਹ ਸਪਾਵੇਨਤਾ ਪਾਸਰੀ ਦੋਵੇਂ ਇਕੱਠੇ, ਇਹਦੇ ਵਿੱਚ ਸਪੇਸ ਨਹੀਂ ਹੈਗਾ, ਇਹ ਦੱਸਣ ਲਈ ਆ। ਸਪਾਵੇਨਤਾ ਪਾਸਰੀ ਹੁੰਦਾ ਸੀ ਡਰਨਾ, ਜਿਹੜਾ ਖੇਤਾਂ ਵਿੱਚ ਲੱਗਾ ਹੁੰਦਾ ਨਾ ਡਰਨਾ, ਦੋ ਕੁ ਡੰਡੇ ਜਿਹੇ ਲਾ ਕੇ ਵਿੱਚ ਕੱਪੜੇ ਪਾ ਕੇ ਰੱਖਿਆ ਹੁੰਦਾ, ਉਹ ਡਰਨੇ ਨੂੰ ਕਹਿੰਦੇ ਆ ਸਪਾਵੇਨਤਾ ਪਾਸਰੀ, ਅਤੇ ਇਹਦੇ ਵਿੱਚ ਸਪੇਸ ਨਹੀਂ ਹੈਗਾ ਜੀ ਇਸ ਕਰਕੇ। ਓਕੇ, ਫਿਲਹਾਲ ਮੇਰਾ ਆਈ ਕਲਾਊਡ ਨਹੀਂ ਚੱਲ ਰਿਹਾ ਇਸ ਕਰਕੇ। ਓਕੇ, ਕਰਿਓਲਾ, ਕਰਿਓਲਾ ਹੁੰਦਾ ਜੀ ਆ ਰੇੜੀ, ਰੇੜੀ ਜਿਹੀ ਹੁੰਦੀ ਜਿਹਦੇ 'ਚ ਤੁਸੀਂ ਸਮਾਨ ਸਮੂਨ ਸਿੱਟ ਕੇ ਜਾਂ ਕੋਈ ਗੰਦ ਗੁੰਦ ਚੱਕ ਕੇ ਇਹਦੇ ਵਿੱਚ ਸਿੱਟ ਕੇ, ਇਹਦੇ ਵਿੱਚ ਤੁਸੀਂ ਕੋਈ ਸਮਾਨ ਪਾ ਕੇ ਲੈ ਕੇ ਰੋੜ ਕੇ ਲੈ ਕੇ ਜਾ ਸਕਦੇ, ਇਹਨੂੰ ਕਰਿਓਲਾ ਕਹਿੰਦੇ ਆ। ਅਤੇ ਇਗਜ਼ੈਂਪਲ ਦੇ ਲਈ, ਅਗਰ ਬਾਈ ਚਾਂਸ ਤੁਸੀਂ ਕਿਸੇ ਸਤਾਰਲੇ 'ਚ ਕੰਮ ਕਰਦੇ ਆ, ਉੱਥੇ ਤੁਹਾਨੂੰ ਫੁਰਕੋਨੇ ਦੀ ਲੋੜ ਪੈਣੀ ਹੈ, ਫੁਰਕੋਨੇ ਦੇ ਨਾਲ ਤੁਸੀਂ ਮੰਨ ਲਓ, ਹਾਂਜੀ ਫਰਕੂਨੇ ਦੇ ਨਾਲ ਤੁਸੀਂ ਜਿਹੜਾ ਥੱਲੇ ਲਿਤੀਰਾ ਹੁੰਦਾ, ਲਿਤੀਰਾ ਚੱਕ ਕੇ ਤੁਸੀਂ ਕਰਿਓਲਾ ਦੇ ਵਿੱਚ ਰੱਖਣਾ, ਅਤੇ ਕਰਿਓਲੇ ਨੂੰ ਬਾਅਦ ਵਿੱਚ ਤੁਸੀਂ ਬਾਅਦ 'ਚ ਸੁੱਟਣਾ। ਇਹ ਸੀ ਛੋਟਾ ਜਿਹਾ ਸੌਖਾ ਜਿਹਾ ਇੱਕ ਭਾਗ। ਉਮੀਦ ਕਰਦੇ ਹਾਂ ਇਟਾਲੀਅਨ ਸਿੱਖਣ ਲਈ ਤੁਹਾਨੂੰ ਇਹਦੇ ਨਾਲ ਬਹੁਤ ਹੈਲਪ ਮਿਲੀ ਹੋਈ ਹੋਊਗੀ। ਅਗਰ ਤੁਹਾਨੂੰ ਭਾਗ ਵਧੀਆ ਲੱਗਾ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ, ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ।
ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਇਤਾ ਪੰਜਾਬੀ।